ਅੱਜ ਸ਼ਹਿਰ ਧਾਰੀਵਾਲ ਵਿੱਚ ਵੌਇਸ ਆਫ ਪੰਜਾਬ ਡਾਕਟਰ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਕੇਜੇ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਫੀ ਨੌਜਵਾਨਾਂ ਨੇ ਖੂਨਦਾਨ ਕੀਤਾ ਤੇ ਜਿਨ੍ਹਾਂ ਵਿੱਚ ਧਾਰੀਵਾਲ ਤੋਂ ਐਮਸੀ ਅਸ਼ਵਨੀ ਦੁੱਗਲ ਗਿੰਨੀ ਸਾਗਰ ਸਾਜਨ ਲਾਹੌਰੀਆ ਸਮੇਤ ਕਈ ਹੋਰ ਨੌਜਵਾਨ ਹਾਜ਼ਰ ਰਹੇ ਇਸ ਮੌਕੇ ਆਏ ਡਾਕਟਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਅਤੇ ਸ਼ਹਿਰ ਵਿੱਚ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਅੱਜ ਧਾਰੀਵਾਲ ਦੇ ਯੂਥ ਕਲੱਬ ਦੇ ਨੌਜਵਾਨਾਂ ਨੇ ਬਲੱਡ ਡੋਨੇਸ਼ਨ ਕੈਂਪ ਕੇਜੇ ਹਸਪਤਾਲ ਦੇ ਵਿੱਚ ਲਗਾਇਆ ਔਰ ਇਹ ਨੌਜਵਾਨ ਜਿਹੜੇ ਨੇ ਇਹਨਾਂ ਨੂੰ ਬਹੁਤ ਭਾਰੀ ਉਤਸ਼ਾਹ ਸੀਗਾ ਕਿ ਅਸੀਂ ਬਲੱਡ ਡੋਨੇਸ਼ਨ ਕਰਨੀ ਖੂਨਦਾਨ ਕਰਨਾ ਔਰ ਇਹਨਾਂ ਨੇ ਅੱਜ 25 ਬੋਟਲਾਂ ਜਿਹੜੀਆਂ ਨੇ ਖੂਨਦਾਨ ਕੀਤਾ ਔਰ ਅੱਗੇ ਤੋਂ ਵੀ ਇਹਨਾਂ ਨੇ ਭਰੋਸਾ ਦਵਾਇਆ ਕਿ ਜਦੋਂ ਜਦੋਂ ਵੀ ਜ਼ਰੂਰਤ ਪਏਗੀ ਇਹ ਖੂਨਦਾਨ ਕਰਿਆ ਕਰਨਗੇ ਸਾਡੇ ਹੋਸਪਿਟਲ ਦੇ ਵਿੱਚ ਕੇਜੇ ਹਸਪਤਾਲ ਦੇ ਵਿੱਚ ਜਦੋਂ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਇਹਨੇ ਨੌਜਵਾਨਾਂ ਨੂੰ ਅਸੀਂ ਬੁਲਾਉਂਦੇ ਹਾਂ ਅਤੇ ਨੌਜਵਾਨ ਖੁਦ ਜਾ ਕੇ ਬਲੱਡ ਕਢਵਾ ਕੇ ਨੌ ਜਿਹੜੇ ਮਰੀਜ਼ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਨੌਜਵਾਨ ਜਿਹੜੇ ਨੇ ਇਹ ਬਲੱਡ ਡੋਨੇਟ ਕਰਦੇ ਰਹਿਣਗੇ ਔਰ ਆਪਣੇ ਧਾਰੀਵਾਲ ਏਰੀਏ ਦੀ ਜਿਹੜੀ ਆ ਸੇਵਾ ਕਰਦੇ ਰਹਿਣਗੇ ਇਹਦੇ ਵਿੱਚ ਵੌਇਸ ਆਫ ਧਾਰੀਵਾਲ ਦੇ ਵੀ ਜਿਹੜੇ ਮੈਂਬਰਸ ਨੇ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈਗਾ ਔਰ ਪੂਰੇ ਸ਼ਹਿਰ ਦੀਆਂ ਟੀਮ ਜਿਹੜੀਆਂ ਨੇ ਉਹਨਾਂ ਨੇ ਸਹਿਯੋਗ ਦਿੱਤਾ ਤਾਂ ਹੀ ਅਸੀਂ ਇਸ ਕੈਂਪ ਨੂੰ ਜਿਹੜਾ ਸਿਰੇ ਚੜ੍ਹਾ ਸਕਦੇ ਹਾਂ